ਪਹਿਲਾਂ ਤਿੰਨ ਆਪਰੇਸ਼ਨ ਹੋਏ ਅਤੇ ਮਜ਼ਦੂਰ ਬੰਦੇ ਨੇ 500 ਰੁਪਇਆ ਦਿਹਾੜੀ ਹੈ। ਬੜੇ ਮੁਸ਼ਕਿਲ ਹਾਲਾਤ 'ਚ ਤਿੰਨ ਆਪਰੇਸ਼ਨ ਹੋਏ, ਪਹਿਲਾਂ ਸਰਕਾਰੀ 'ਚ ਹੋਇਆ ਤੋਂ ਬਾਅਦ ਪ੍ਰਾਈਵੇਟ ਹੋਸਪਿਟਲ 'ਚ ਹੋਏ। ਇੱਕ ਦਿਨ ਅਸੀਂ ਜਵਾਨ ਆਪਸ ਦੇ ਹੋਸਪਿਟਲ 'ਚ ਆਏ ਅਤੇ ਉਹਨਾਂ ਨੇ ਦੱਸਿਆ ਕਿ ਸਾਡੇ ਵੀ ਗਦਾਰਾ ਟੀ ਐੱਚ ਉਹ ਫ੍ਰੀ ਆਪਰੇਸ਼ਨ ਕਰਦੇ ਨੇ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਾਡੀ ਫਾਈਲ ਬਣੀ। 6 ਤਰੀਕ ਨੂੰ ਅਸੀਂ ਆਏ ਅਤੇ ਆਪਰੇਸ਼ਨ ਹੋਇਆ, ਦੋ ਬੱਚੇ ਹੋਏ ਨੇ, ਕੋਈ ਮਸਲਾ ਨਹੀਂ ਬਣਿਆ, ਮਾਂ ਵੀ ਠੀਕ, ਬੱਚੀ ਵੀ ਠੀਕ। ਉਹਨਾਂ ਨੇ ਬਹੁਤ ਕੇਅਰ ਕੀਤੀ ਹੈਗੀ, ਸ਼ੁਕਰੀਆ ਅਦਾ ਕਰ ਰਹੇ ਟੀਮ ਤਾਰੇ ਦਾ।